ਸਰਕਾਰ ਤੋਂ ਇਹੀ ਮੰਗ ਆ ਕਿ ਅਸੀਂ ਤਾਂ ਉੱਜੜ ਚੁੱਕੇ ਹਾਂ, ਗਾਂ ਦੂਜੇ ਜਿਹੜੇ ਉੱਜੜਨਗੇ ਉਹ ਉੱਜੜਨ ਤੋਂ ਬਚ ਜਾਣ। ਸਰਕਾਰ ਤੋਂ ਇਹੀ ਮੰਗ ਆ ਕਿ ਅਸੀਂ ਤਾਂ ਉੱਜੜ ਚੁੱਕੇ ਹਾਂ, ਗਾਂ ਦੂਜੇ ਜਿਹੜੇ ਉੱਜੜਨਗੇ ਉਹ ਉੱਜੜਨ ਤੋਂ ਬਚ ਜਾਣ। ਸਰਕਾਰ ਤੋਂ ਇਹੀ ਮੰਗ ਆ ਕਿ ਅਸੀਂ ਤਾਂ ਉੱਜੜ ਚੁੱਕੇ ਹਾਂ, ਗਾਂ ਦੂਜੇ ਜਿਹੜੇ ਉੱਜੜਨਗੇ ਉਹ ਉੱਜੜਨ ਤੋਂ ਬਚ ਜਾਣ। ਨਸ਼ਾ ਪੰਜਾਬ ਦਾ ਉਹ ਮੁੱਦਾ ਹੈ ਜਿਸ ਦੇ ਖਾਤਮੇ ਲਈ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਵੀ ਖਾਧੀਆਂ ਗਈਆਂ, ਸਿੱਟਾਂ ਵੀ ਬਣਾਈਆਂ ਗਈਆਂ, ਹਰ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਦਾਅਵੇ ਵੀ ਕੀਤੇ ਗਏ, ਪਰ ਪੰਜਾਬ ਦੀ ਜਵਾਨੀ ਨਸ਼ੇ ਦੀ ਓਵਰਡੋਜ਼ ਨੇ ਖਾ ਲਈ ਹੈ। ਤਾਜ਼ਾ ਮਾਮਲਾ ਖਡੂਰ ਸਾਹਿਬ ਅਧੀਨ ਆਉਂਦੇ ਖੇਮਕਰਨ ਤੋਂ ਸਾਹਮਣੇ ਆਇਆ, ਜਿੱਥੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਮ੍ਰਿਤਕ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ ਪਰ ਮੁੜ ਵਾਪਸ ਨਹੀਂ ਆਇਆ। ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਉਸਦੀ ਭਾਲ ਕੀਤੀ ਗਈ, ਜਿੱਥੇ ਉਸਦੀ ਲਾਸ਼ ਸਰਕਾਰੀ ਸਕੂਲ 'ਚ ਮਿਲੀ। ਵੇਖਿਆ ਗਿਆ ਕਿ ਉਸਨੇ ਨਸ਼ੇ ਦਾ ਟੀਕਾ ਲਾਇਆ ਹੋਇਆ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਵੱਲੋਂ ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਤਲਾਹ ਕਰਨ ਤੋਂ ਬਾਅਦ ਪੁਲਿਸ ਨੇ 20 ਘੰਟੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਤਾ ਨਹੀਂ ਸਕੂਲ 'ਚ ਹੀ ਆਇਆ ਵਾ ਟੀਕਾ, ਮੁੰਡਿਆਂ ਨੇ ਕੱਢਿਆ ਵਾ ਉਹਦੀ ਬਾਂਹ 'ਚੋਂ, ਤੇ ਪਤਾ ਹੀ ਨਹੀਂ ਲੱਗਾ, ਮੁੜ ਕੇ ਉਹਨੂੰ ਡਾਕਟਰ ਕੋਲ ਲੈ ਗਏ, ਡਾਕਟਰ ਨੇ ਜਵਾਬ ਦੇ ਦਿੱਤਾ ਵਾ। ਕੀ ਨਾਮ ਸੀ ਇਹਨਾਂ ਦਾ? ਜਗਜੀਤ ਸਿੰਘ। ਅੱਗੇ ਕੁਛ ਨਹੀਂ ਪਤਾ ਇਹਨੂੰ ਕੀ ਹੋਇਆ ਕੀ ਨਹੀਂ ਹੋਇਆ, ਕਿੱਥੋਂ ਲੈ ਕੇ ਆਇਆ ਕਿੱਥੋਂ ਨਹੀਂ ਲੈ ਕੇ ਆਇਆ। ਤੇ ਤੁਹਾਡੀ ਮੈਰਿਜ ਨੂੰ ਕਿੰਨੇ ਚਿਰ ਹੋ ਗਏ? ਮੈਰਿਜ ਨੂੰ ਮੇਰੇ ਨੂੰ 11 ਸਾਲ ਹੋ ਗਏ। ਕਿੰਨੇ ਬੱਚੇ ਨੇ? 2 ਬੱਚੇ ਨੇ ਮੇਰੇ, ਇੱਕ ਬੇਟੀ ਇੱਕ ਬੇਟਾ। ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਤੋਂ ਇਹੀ ਮੰਗ ਆ ਕਿ ਅਸੀਂ ਤਾਂ ਉੱਜੜ ਚੁੱਕੇ ਹਾਂ, ਗਾਂ ਦੂਜੇ ਜਿਹੜੇ ਉੱਜੜਨਗੇ ਉਹ ਉੱਜੜਨ ਤੋਂ ਬਚ ਜਾਣ। ਦੂਜੇ ਪਾਸੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿਵੇਂ ਪੁਲਿਸ ਨੇ ਇਸ ਮਾਮਲੇ 'ਚ ਆਪਣੀ ਢਿੱਲੀ ਕਾਰਗੁਜ਼ਾਰੀ ਦਿਖਾਈ। ਜੀ ਬਹੁਤ ਮੰਦਭਾਗੀ ਘਟਨਾ ਹੈ। ਸਾਡਾ ਵੀਰ ਜਗਜੀਤ ਸਿੰਘ ਜੱਗਾ ਜੋ ਕਿ ਨਸ਼ੇ ਦਾ ਆਦੀ ਸੀ ਪਰ ਇੱਥੋਂ ਸ਼ਹਿਰ ਰਹਿ ਰਿਹਾ ਸੀ 2-3 ਮਹੀਨੇ ਤੋਂ ਪਹਿਲਾਂ, ਅਤੇ ਕੱਲ੍ਹ ਹੀ ਮੈਨੂੰ ਖਬਰ ਮਿਲੀ ਹੈ ਵੀ ਸ਼ਾਮੀ ਪ੍ਰਾਇਮਰੀ ਸਕੂਲ ਦੀ ਬੈਕ ਸਾਈਡ 'ਤੇ ਇਹ ਨੌਜਵਾਨ ਇੱਥੇ ਟੀਕਾ ਲਾ ਕੇ ਉੱਥੇ ਡਿੱਗਿਆ ਹੈ। ਜਦੋਂ ਜਾ ਕੇ ਕਿਸੇ ਨੇ ਵੀ ਦੇਖਿਆ ਹੈ, ਉਹਨਾਂ ਨੇ ਘਰ ਇਤਲਾਹ ਦਿੱਤੀ ਹੈ ਵੀ ਇੱਦਾਂ ਤੁਹਾਡਾ ਜਿਹੜਾ ਬੱਚਾ ਉਹਦੀ ਡੈਥ ਹੋ ਗਈ ਹੈ। ਸੋ ਉੱਥੇ ਮੌਕੇ 'ਤੇ ਆ ਕੇ ਡਾਕਟਰ ਨਾਲ ਚੈੱਕਅਪ ਕਰਾਇਆ, ਫਿਰ ਡਾਕਟਰ ਨੇ ਕਿਹਾ ਵੀ ਓਵਰਡੋਜ਼ ਦੇ ਨਾਲ ਇਹਦੀ ਡੈਥ ਹੋਈ ਹੈ। ਸੋ ਇਹ ਬੜੀ ਮੰਦਭਾਗੀ ਘਟਨਾ, ਇਕੱਲਾ ਹੀ ਹੈਗਾ ਇਹ ਵਾਰਸਾ, ਪਹਿਲਾਂ ਇਹਨਾਂ ਦੇ ਪਤਾ ਵੀ ਨਹੀਂ ਹੈਗੇ, ਛੋਟੇ ਛੋਟੇ 2 ਬੱਚੇ ਆ, ਪਿੱਛੇ ਮਾਂ ਅਤੇ ਆਪਣੀ ਵਾਈਫ ਨੂੰ ਛੱਡ ਗਿਆ, ਛੋਟੇ ਬੱਚੇ 2, ਇਹ ਘਰ ਦੇ ਵਿੱਚ ਬੰਦਾ ਕੋਈ ਨਹੀਂ ਰਹਿ ਗਿਆ ਜੀ। ਸਾਡੇ ਪ੍ਰਸ਼ਾਸਨ ਤੋਂ ਮੰਗ ਇਹ ਆ ਜੀ ਇਹਦੇ ਵਿੱਚ ਬਿਲਕੁਲ, ਮੈਂ ਇਹਦੇ ਵਿੱਚ ਕਿਸੇ ਤੋਂ ਦਬਾਅ ਦੇ ਥੱਲੇ ਨਹੀਂ ਕਹਿ ਰਿਹਾ ਵੀ ਇਹਦੇ ਵਿੱਚ ਸਾਰੀ ਪੁਲਿਸ ਦਾ ਜਿਹੜਾ ਨਾ ਬਹੁਤ ਵੱਡਾ ਜਿਹੜਾ ਨਾ ਲਾਪਰਵਾਹੀ ਕਰਕੇ ਹੋ ਰਿਹਾ ਹੈ। ਸਾਰੀ ਸਾਡੀ ਪੰਚਾਇਤ ਜਿਹੜੀ ਅਸੀਂ ਬੜੀ ਵਾਰਾਂ ਕੰਪਲੇਂਟਾਂ ਕਰ ਚੁੱਕੇ ਹਾਂ, ਸਾਡੇ ਪਿੰਡ ਇੱਥੋਂ ਨਸ਼ਾ ਲੈ ਕੇ ਬੰਦੇ ਆ ਰਹੇ ਆ, ਤੁਸੀਂ ਇਹਨਾਂ ਨੂੰ ਫੜੋ, ਇਹਨਾਂ ਨੂੰ ਮੰਨ ਲਓ ਕਾਰਵਾਈ ਕਰੋ ਇਹਨਾਂ 'ਤੇ। ਅਤੇ ਚਲੋ ਪਿੱਛੇ ਬੜੇ ਚਲੋ ਪਰਚੇ ਦਰਜ ਕੀਤੇ ਇਹਨਾਂ ਨੇ, ਕੁਛ ਸਹੀ ਬੰਦੇ ਜਿਹੜੇ ਸੀ ਉਹਨਾਂ 'ਤੇ ਗਲਤ ਪਰਚੇ ਦਰਜ ਕਰਦੇ, ਔਰ ਜਿਨ੍ਹਾਂ ਨੂੰ ਪਿੱਛੇ ਹੀ 2-3 ਮੁੰਡੇ ਇਹਨਾਂ ਨੇ ਛੱਡੇ ਆ ਜਿਹੜੇ ਜਿਹਨਾਂ ਕੋਲੋਂ ਨਸ਼ਾ ਫੜਿਆ ਵੀ ਗਿਆ ਸੀ, ਅਤੇ ਬਾਅਦ ਵਿੱਚ ਸਾਨੂੰ ਪੁੱਛਣ ਦੇ ਪੁੱਛਿਆ ਕਿ ਨਹੀਂ ਜੀ ਫੜਿਆ ਨਹੀਂ, ਕਿਆ ਦਿੰਦਾ ਉਹ ਪੈਸੇ ਲੈ ਕੇ ਛੱਡਦੇ ਜਾਂ ਕੀ ਕੀਤਾ, ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਜੀ। ਹੁਣ 20 ਘੰਟੇ ਹੋ ਗਏ ਆ ਇਹਦੀ ਮੌਤ ਹੋਈ ਨੂੰ, ਕੀ SHO ਤੇ ਮੰਗਾਇਆ ਜਾਂ ਕੋਈ ਪੁਲਿਸ ਕੋਈ ਵੇਆ? ਕੋਈ ਨਹੀਂ ਆਇਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਮੌਤ ਨਸ਼ੇ ਨਾਲ ਹੋਈ ਹੈ ਜਾਂ ਨਹੀਂ ਇਸ ਦਾ ਪਤਾ ਮੈਡੀਕਲ ਟੈਸਟ ਤੋਂ ਬਾਅਦ ਹੀ ਲੱਗੇਗਾ। ਇਹ ਤਾਂ ਮੈਡੀਕਲ ਹੋਊਗਾ ਤੇ ਫਿਰ ਪਤਾ ਲੱਗੂ ਜੀ। ਤੇ ਤੁਸੀਂ ਬਾਅਦ ਵੀ ਵੇਖਿਆ ਕਿ ਉਹਦੇ ਟੀਕਾ ਲੱਗਾ ਹੋਇਆ ਸੀ? ਬਾਹਰ ਦੇ ਦਾਗ ਪਏ ਉਹ ਹੋ ਸਕਦਾ ਵੀ ਕੋਈ ਮਤਲਬ ਵੀ ਕਿਸੇ ਹੋਰ ਦਵਾਈ ਨਾਲ ਵੀ ਮਤਲਬ ਵੀ ਠੀਕ ਆ ਪਹਿਲਾਂ ਕਾਰਨ ਕੀ ਹੈ? ਪੁਲਿਸ ਇਹ ਗੱਲਾਂ ਛਪਾਉਂਦੀ ਕਿਉਂ ਜੀ? ਸਾਰਾ ਪਿੰਡ ਆਖਣ ਦੇ ਨਹੀਂ ਛਪਾਉਂਦੇ ਨਹੀਂ, ਅਸੀਂ ਤਾਂ ਫੜ ਕੇ ਪਰਚੇ ਦੇਣ ਡੇ ਜੀ। ਸਾਰੇ ਪਿੰਡ ਸਰਪੰਚ ਸਾਹਿਬ ਦਾ ਵੀ ਕਹਿਣਾ ਇਹ ਹੈ ਕਿ ਹਾਂ ਵੀ ਜਿਹੜੇ ਹੋਰ ਵੀ ਘਰ ਦੇ ਪਿੰਡ ਬਹੁਤ ਵਾਰ ਬੰਦੇ ਨੇ ਉਹ ਕਹਿੰਦੇ ਨੇ ਕਿ ਉਹ ਨਸ਼ੇ ਦੇ ਟੀਕੇ ਨਾਲ ਮਰਿਆ, ਤੁਸੀਂ ਕਹਿੰਦੇ ਕਿ ਹਾਂ ਵੀ ਉਹ ਵੇਖਾਂਗੇ ਕਿ ਕਿੱਦਾਂ? ਕਾਰਨ ਕੀ ਹੈ? ਕਾਰਨ ਕੀ ਹੈ ਜੀ? ਪੁਲਿਸ ਕੰਟਰੋਲ ਤਾਂ ਪੂਰਾ ਕਰਨ ਡਈ ਆ ਅਤੇ ਹੁਣ ਇਹਦਾ ਪੋਸਟਮਾਰਟਮ ਹੋਊਗਾ ਅਤੇ ਫਿਰ ਪਤਾ ਲੱਗੂ, ਪੋਸਟਮਾਰਟਮ ਰਿਪੋਰਟ ਆਉਣ 'ਤੇ ਪਤਾ ਲੱਗੂ ਕਿ ਕੀ ਇਹਨੇ ਨਸ਼ੇ ਨਾਲ ਮਰਿਆ ਜਾਂ ਹੋਰ ਕਿਸੇ ਦਾ।
ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫਾਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫਾਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।